जी बोरिस जॉनसन प्राइम मिनिस्टर ऑफ यूके पीएम जी इतने आ रहे शॉपिंग कर रहे हैं तो आप इन्हों के पिछे हैं करो वो वो शेयर आप लाडी सकू जी साइकिल दे देखो खोलिया लॉक कोई गड्डी नहीं कोई सिक्योरिटी नहीं। सोशल मीडिया ते एक वीडियो वायरल हो रही है उस वीडियो दे विच मैं दसना चाहुंदा कि एक अजिहा कंट्री है जिस दे प्राइम मिनिस्टर शरेआम भेस बदल के शॉपिंग करदे नज़र आ रहे हैं और जिस वीर ने वीडियो बनाई है वह पंजाबी वीर है लेकिन किसी नूं कुछ नहीं पता है कि प्राइम मिनिस्टर है जां कौन है आम ਬੰਦਿਆਂ ਦੀ ਤਰ੍ਹਾਂ ਘੁੰਮਦੇ ਉਹ ਨਜ਼ਰ ਆਏ ਨੇ ਹਾਲਾਂਕਿ ਕਿਸੇ ਕਿਸੇ ਨੂੰ ਲੱਗ ਚੁੱਕਾ ਪਤਾ ਕਿ ਇਹ ਪ੍ਰਾਈਮ ਮਿਨਿਸਟਰ ਨੇ ਪਰ ਕੋਈ ਵੀ ਜ਼ਿਆਦਾ ਤਵੱਜੋ ਦਿੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਔਰ ਨਾ ਹੀ ਪ੍ਰਾਈਮ ਮਿਨਿਸਟਰ ਸਾਹਿਬ ਜ਼ਿਆਦਾ ਕਿਸੇ ਨਾਲ ਤਵੱਜੋ ਦਿੰਦੇ ਕਿਸੇ ਵੱਲ ਨਜ਼ਰ ਆ ਰਹੇ ਨੇ ਪਹਿਲਾਂ ਮੈਂ ਤੁਹਾਨੂੰ ਵਾਇਰਲ ਵੀਡੀਓ ਦਿਖਾਉਣਾ ਚਾਹੁੰਦਾ ਉਸ ਵੀਡੀਓ ਤੋਂ ਬਾਅਦ ਤੁਸੀਂ ਖੁਦ ਅੰਦਾਜ਼ਾ ਲਗਾਓ ਕਿ ਇਸ ਸਮੇਂ ਦੇ ਵਿੱਚ ਇੱਕ ਪ੍ਰਾਈਮ ਮਿਨਿਸਟਰ ਜਿਹੜਾ ਹੈ ਉਹ ਬਿਨਾਂ ਸਿਕਿਉਰਿਟੀ ਤੋਂ ਬਿਨਾਂ ਕਿਸੇ ਲਾਮ ਲਸ਼ਕਰ ਤੋਂ ਸਿਰਫ ਸਿੰਪਲ ਜਿਹਾ ਬਣ ਕੇ ਇੱਕ ਸ਼ੋਪਿੰਗ ਕੰਪਲੈਕਸ ਜਿਹੜਾ ਕਿ ਪਾਕਿਸਤਾਨੀਆਂ ਦਾ ਸ਼ੋਪਿੰਗ ਕੰਪਲੈਕਸ ਹੈ ਉਸ ਦੇ ਵਿੱਚ ਭੇਸ ਬਦਲ ਕੇ ਪੂਰੀ ਸ਼ੋਪਿੰਗ ਕੀਤੀ ਔਰ ਦੋਸਤੋ ਵੱਡੀ ਗੱਲ ਜਿਹੜੀ ਦੱਸਣ ਲੱਗਾ ਇੱਕ ਪ੍ਰਾਈਮ ਮਿਨਿਸਟਰ ਸਾਈਕਲ 'ਤੇ ਆਇਆ ਅਤੇ ਸ਼ੋਪਿੰਗ ਕਰਕੇ ਸਾਈਕਲ 'ਤੇ ਹੀ ਉਹ ਵਾਪਸ ਚਲਾ ਗਿਆ ਆਓ ਪਹਿਲਾਂ ਵੇਖਦੇ ਹਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵੀਡੀਓ ਹਾਂ ਦੱਸੋ ਜੀ ਕਿਹੜਾ ਬੰਦਾ ਆ ਕੋਈ ਪਛਾਣ ਲਵੇ ਅਤੇ ਆਪਾਂ ਉਹਨੂੰ ਦੱਸਦੇ ਆਪਾਂ ਪਛਾਣ ਲਿਆ ਸ਼ੋਪ ਦੇ ਉੱਤੇ ਬੰਦਾ ਭੇਸ ਬਦਲ ਕੇ ਸ਼ੋਪਿੰਗ ਕਰਨ ਆਇਆ ਇੱਥੇ ਇਹ ਜੀ ਯੂਕੇ ਦੇ ਪ੍ਰਾਈਮ ਮਿਨਿਸਟਰ ਸਾਹਿਬ ਇੱਥੇ ਮੈਂ ਸ਼ੋਪਿੰਗ ਕਰਨ ਆਇਆ ਸੀਗਾ ਅਤੇ ਇੱਥੇ ਯੂਕੇ ਦੇ ਪ੍ਰਾਈਮ ਮਿਨਿਸਟਰ ਆ ਇੱਥੇ ਆਏ ਸੀਗੇ ਕਿਸੇ ਨੂੰ ਹੁਣ ਕੋਈ ਪਤਾ ਨਹੀਂ ਕੁਛ ਨਹੀਂ ਪਤਾ ਇਹ ਜੀ ਬੋਰਿਸ ਜੌਨਸਨ ਦੇਖੋ ਟੋਪੀ ਲਈ ਹੈ ਪ੍ਰੋਪਰ ਕਿਸੇ ਨੂੰ ਕੋਈ ਪਤਾ ਨਹੀਂ ਹਜੇ ਇੱਕ ਦੋ ਬੰਦੇ ਨੂੰ ਪਤਾ ਲੱਗ ਗਿਆ ਭਾਜੀ ਮੈਡਮ ਪਿੱਛੇ ਗਿਓ ਧਿਆਨ ਨਾਲ ਨਿਆਣੇ ਤੋਂ ਅੱਗੇ ਇੱਕ ਮਿੰਟ ਗੰਨਾ ਗੰਦੋ ਇਹ ਜੀ ਪਿੱਛੇ ਚਲ ਗਏ ਜਾ ਕੇ ਵੀਡੀਓ ਬਣਾਉਂਦੇ ਹਾਂ ਮਤਲਬ ਕੋਈ ਸਿਕਿਉਰਿਟੀ ਗਾਰਡ ਇਹਨਾਂ ਦੇ ਨਾਲ ਅਤੇ ਆਹ ਦੇਖੋ ਜੀ ਆਹ ਫੋਟੋ ਖਿਚਾਉਣ ਜਿਹਨੇ ਖਿਚਾਉਣੀ ਹੈ ਭਾਜੀ ਆ ਜਾਓ ਤੁਸੀਂ ਵੀ ਆਓ ਜਲਦੀ ਆਓ ਆਹ ਦੇਖੋ ਜੀ ਤੁਸੀਂ ਹੋ ਜਾਓ ਅੱਗੇ ਆਹ ਜਿਹੜੇ ਫੋਟੋ ਖਿਚਾਉਣ ਲੱਗੇ ਭਾਜੀ ਹੁਣ ਸਾਰੇ ਮੈਂ ਵੀਡੀਓ ਬਣਾਉਣਾ ਆਹ ਦੇਖੋ ਜੀ ਦੇਖਿਓ ਬਾਹਰ ਦੱਸਣਾ ਜੀ ਕਿਸੇ ਨੂੰ ਮੈਂ ਤਾਂ ਨਹੀਂ ਬੁਲਾਉਂਦਾ ਆਹ ਦੇਖੋ ਜੀ ਪ੍ਰਾਈਮ ਮਿਨਿਸਟਰ ਆਫ ਯੂਕੇ ਆਮ ਹੀ ਸ਼ੋਪਿੰਗ ਕਰਨ ਆਏ ਬੋਰਿਸ ਜੌਨਸਨ ਸ਼ੋਪਿੰਗ ਐਟ ਮਿਲਾਦ ਸੁਪਰਮਾਰਕਟ ਮਿਲਾਦ ਸੁਪਰਮਾਰਕਟ ਉਹ ਕੁੜੀ ਨੂੰ ਕਿਤੋਂ ਆਉਂਦੋ ਉਹ ਕੁੜੀ ਇੱਕ ਆਉਂਦੀ ਪਈ ਭਾਜੀ ਦੇਖੋ ਪ੍ਰਾਈਮ ਮਿਨਿਸਟਰ ਆਫ ਯੂਕੇ ਆਵੇ ਹੈ ਮੋਦੀ ਇਹ ਤਾਂ ਬਾਹਰ ਨਿਕਲ ਕੇ ਕਰੋਨਾ ਵਾਇਰਸ ਦੇ ਵਿੱਚ ਮੋਦੀ ਨਾ ਕਦੇ ਨਿਕਲਿਆ ਉੱਥੇ ਉੱਥੇ ਮੋਮਬੱਤੀਆਂ ਬਾਲੀ ਜਾਂਦੇ ਆ ਸਾਈਕਲ ਤੇ ਆ ਦੇਖੋ ਸਪੈਸ਼ਲ ਆ ਜਾਓ ਆਂਟੀ ਤੁਸੀਂ ਵੀ ਆ ਜਾਓ ਵੀਡੀਓ ਫੋਟ ਬਣਾ ਲਓ ਆ ਦੇਖੋ ਜੀ ਸਾਈਕਲ ਤੇ ਆਇਆ ਪ੍ਰਾਈਮ ਮਿਨਿਸਟਰ ਯੂਕੇ ਕਰੋ ਵੱਧ ਤੋਂ ਵੱਧ ਸ਼ੇਅਰ ਆਪਾਂ ਲਾਡੀ ਸਕੂ ਇਹ ਜੀ ਸਾਈਕਲ ਤੇ ਦੇਖੋ ਉਹ ਖੋਲਿਆ ਲੋਕ ਕੋਈ ਗੱਡੀ ਨਹੀਂ ਕੋਈ ਸਿਕਿਉਰਿਟੀ ਨਹੀਂ ਇਹਨੂੰ ਕਹਿੰਦੇ ਆ ਜੀ ਸਲੂਟ ਇਸ ਬੰਦੇ ਨੂੰ ਦੇਖੋ ਸਾਈਕਲ ਤੇ ਆਇਆ ਕੋਈ ਗੱਡੀ ਨਹੀਂ ਹੈਗੀ ਕੋਈ ਸਿਕਿਉਰਿਟੀ ਨਹੀਂ ਉਹ ਨਾਲ ਦੋ ਕੁੜੀਆਂ ਨੂੰ ਨਹੀਂ ਪਤਾ ਲੱਗਾ ਕੌਣ ਹੈ ਚਲੋ ਜੀ ਸਾਈਕਲ ਸੇਵ ਯੂ ਬੋਰਿਸ ਡੰਡੇ ਮਾਰ ਮਾਰ ਕੇ ਲੋਕੀ ਭਜਾ ਆਉਂਦੇ ਆ ਉੱਥੇ ਔਰ ਦੋਸਤੋ ਇਸ ਵੀਡੀਓ ਤੋਂ ਦੇਖਣ ਤੋਂ ਬਾਅਦ ਉਹ ਵੀਰ ਕਹਿ ਰਿਹਾ ਕਿ ਮੋਦੀ ਸਾਹਿਬ ਇਸ ਤਰ੍ਹਾਂ ਨਿਕਲ ਕੇ ਦਿਖਾਉਣ ਕਿਉਂਕਿ ਇੱਥੇ ਦੀ ਜਨਤਾ ਇਹਨਾਂ ਨੂੰ ਪਿਆਰ ਕਰਦੀ ਹੈ ਮੁਹੱਬਤ ਕਰਦੀ ਹੈ ਔਰ ਵੱਡੀ ਗੱਲ ਹੈ ਕਿ ਸਾਈਕਲ 'ਤੇ ਆਏ ਆ ਬਿਨਾਂ ਕਿਸੇ ਸਿਕਿਉਰਿਟੀ ਤੋਂ ਬਿਨਾਂ ਮਤਲਬ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਖਬਰ ਹੈ ਕਿ ਯੂਕੇ ਦੇ ਪ੍ਰਾਈਮ ਮਿਨਿਸਟਰ ਸਾਈਕਲ 'ਤੇ ਆਏ ਸ਼ੋਪਿੰਗ ਕੰਪਲੈਕਸ ਵਿੱਚ ਗਏ ਸਾਜੋ ਸਮਾਨ ਖਰੀਦਿਆ ਕੁਛ ਲੋਕਾਂ ਨੇ ਜਿਨ੍ਹਾਂ ਨੇ ਪਹਿਚਾਣ ਲਿਆ ਸੀ ਉਸ ਤੋਂ ਬਾਅਦ ਉਹਨਾਂ ਨਾਲ ਫੋਟੋ ਕਰਵਾਈ ਔਰ ਸਾਈਕਲ 'ਤੇ ਲੱਤ ਮਾਰੀ ਔਰ ਘਰ ਨੂੰ ਆਪਣੇ ਚਲੇ ਗਏ
ਇਸ ਤਰ੍ਹਾਂ ਦੇ ਹੁੰਦੇ ਨੇ ਪ੍ਰਾਈਮ ਮਿਨਿਸਟਰ। ਔਰ ਸਾਡੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਇੱਕ ਸਰਪੰਚ ਜੋ ਹੈ ਉਹ ਵੀ ਜਿੰਨੇ ਚਿਰ ਘਰੋਂ 10 ਬੰਦੇ ਆਪਣੇ ਨਾਲ ਲੈ ਕੇ ਘਰੋਂ ਨਹੀਂ ਨਿਕਲਦਾ ਹੈ ਔਰ ਜਿੱਥੇ ਜਾਣਾ ਹੁੰਦਾ ਉੱਥੇ ਜਾ ਕੇ ਆਪਣਾ ਰੋਬ ਨਹੀਂ ਦਿਖਾਉਂਦਾ ਤਾਂ ਸ਼ਾਇਦ ਉਹ ਆਪਣੇ ਆਪ ਨੂੰ ਸਰਪੰਚ ਨਹੀਂ ਕਹਾਉਂਦਾ ਹੈ। ਔਰ ਸਾਨੂੰ ਇਸ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਜ਼ਰੂਰ ਸਬਕ ਲੈਣਾ ਚਾਹੀਦਾ ਹੈ। ਔਰ ਜੇਕਰ ਆਪਾਂ ਸਿਕਿਉਰਿਟੀ ਦੇ ਖਰਚੇ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਸਿਕਿਉਰਿਟੀ ਦਾ ਜਿਹੜਾ ਖਰਚਾ ਹੈ ਉਹ ਸ਼ਾਇਦ ਭਾਰਤ ਵਿੱਚ ਹੀ ਆ ਰਿਹਾ ਹੈ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੁਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ। ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ, ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।